ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਇਹ ਜਿਹੜੇ ਅਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਸਾਰੀ ਸੰਗਤ ਨੂੰ ਦਰਸ਼ਨ, ਮਨ ਸੀ ਵੀ ਦਰਸ਼ਨ ਸਾਰੀ ਸੰਗਤ ਜ਼ਰੂਰ ਕਰੇ। ਇਹ ਅਸਥਾਨ ਹੈਗਾ ਜੀ ਸਤਿਕਾਰਯੋਗ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਦਾ, ਜਿਹੜੇ ਪੰਜ ਪਿਆਰਿਆਂ ਵਿੱਚੋਂ ਸਨ। ਦਾਸ ਇਸ ਵੇਲੇ ਗੁਜਰਾਤ ਦਾ ਸ਼ਹਿਰ ਆ ਜਾਮਨਗਰ, ਜਾਮਨਗਰ ਤੋਂ ਤਕਰੀਬਨ 200 ਕਿਲੋਮੀਟਰ ਦੂਰ ਆ ਜੀ ਦੁਆਰਕਾ। ਦੁਆਰਕਾ ਤੋਂ 7 ਕਿਲੋਮੀਟਰ ਸਮੁੰਦਰ ਵਿੱਚ ਦੀ ਆ ਕੇ ਛੋਟਾ ਜਿਹਾ ਇੱਕ ਟਾਪੂ ਆ, ਉਹਨੂੰ ਕਹਿੰਦੇ ਦੁਆਰਕਾ ਬੇਟ। ਭਾਈ ਮੋਹਕਮ ਸਿੰਘ ਜੀ ਅਸਲ ਵਿੱਚ ਇਸ ਅਸਥਾਨ ਦੇ ਸਨ। ਇਹਦੇ ਅੰਦਰ ਗੁਰਦੁਆਰਾ ਸਾਹਿਬ ਦੇ ਪੁਰਾਣਾ ਅਸਥਾਨ ਉਹਨਾਂ ਦਾ ਘਰ ਉਸੇ ਤਰ੍ਹਾਂ ਸਾਂਭ ਕੇ ਰੱਖਿਆ ਹੋਇਆ। ਇਹ ਸਾਰੀ ਸੇਵਾ ਚੱਲ ਰਹੀ ਆ ਸਤਿਕਾਰਯੋਗ ਬਾਬਾ ਲੱਖਾ ਸਿੰਘ ਜੀ ਕੋਟਾ ਰਾਜਸਥਾਨ ਵਾਲੇ। ਮੈਂ ਤਾਂ ਇਹ ਲਾਈਵ ਆਪ ਜੀ ਦੇ ਚਰਨਾਂ ਵਿੱਚ ਹੋਇਆ ਵੀ ਕੁਝ ਗੱਲਾਂ ਬੜੀਆਂ ਜ਼ਰੂਰੀ ਆ ਇਸ ਅਸਥਾਨ ਦੀਆਂ। ਸਭ ਤੋਂ ਪਹਿਲਾਂ ਮਹਾਰਾਜ ਗੁਰੂ ਨਾਨਕ ਸਾਹਿਬ ਇਸ ਪਾਵਨ ਅਸਥਾਨ 'ਤੇ ਆਏ। ਉਸ ਵੇਲੇ ਪਿਛਲੇ ਪਾਸੇ ਇੱਕ ਸਰੋਵਰ ਆ, ਸ਼ਾਇਦ ਉਹ ਆਪ ਜੀ ਨੂੰ ਥੋੜ੍ਹਾ ਜਿਹਾ ਮੰਦਰ ਦਾ ਰੂਪ ਦਿਸਦਾ ਹੋਵੇਗਾ, ਮੈਂ ਨੇੜੇ ਕਰ ਦਿਆਂ। ਇਹਦੇ ਨਾਲ ਇੱਕ ਸਰੋਵਰ ਆ ਬਣਿਆ ਹੋਇਆ, ਉਹਨੂੰ ਕਹਿੰਦੇ ਆ ਜੀ ਸ਼ੰਖ ਸਰੋਵਰ। ਮਹਾਰਾਜ ਦੇ ਕੰਢੇ 'ਤੇ ਆ ਕੇ ਬੈਠੇ, ਅਤੇ ਇੱਥੋਂ ਦਾ ਪਰਿਵਾਰ ਸੀ ਭਾਈ ਮੋਹਕਮ ਸਿੰਘ ਜੀ ਦੇ, ਜਿਹੜੇ ਬਜ਼ੁਰਗ ਆ ਉਹਨਾਂ ਨੇ ਸਿੱਖੀ ਮਾਣੀ ਮਹਾਰਾਜ ਗੁਰੂ ਨਾਨਕ ਸਾਹਿਬ ਸਤਿਗੁਰੂ ਦੀ। ਇਹ ਪਰਿਵਾਰ 'ਚ ਸਿੱਖੀ ਵੱਸਦੀ ਰਹੀ ਅਤੇ ਭਾਈ ਮੋਹਕਮ ਸਿੰਘ ਜੀ 9 ਸਾਲ ਦੀ ਉਮਰ ਵਿੱਚ ਇਸ ਅਸਥਾਨ ਤੋਂ ਅਨੰਦਪੁਰ ਸਾਹਿਬ ਕਲਗੀਆਂ ਵਾਲੇ ਬਾਪੂ ਦੇ ਚਰਨਾਂ 'ਚ ਚਲੇ ਗਏ। ਇਹ ਅਸਥਾਨ ਦੀ ਖੋਜ ਜਿਹੜੀ 2001 ਵਿੱਚ ਹੋਈ ਅਤੇ 3 ਵਿੱਚ ਇਹ ਅਸਥਾਨ ਸ਼ੁਰੂ ਕੀਤਾ। ਖੋਜ ਇਸ ਤਰ੍ਹਾਂ ਹੋਈ, ਇਹ ਬੜਾ ਪਿਆਰਾ ਇਤਿਹਾਸ ਆ। ਗੁਰਮੁਖ ਪਿਆਰੇ ਸਰਦਾਰ ਉਜਾਗਰ ਸਿੰਘ ਜੀ ਵੀ ਇੱਥੇ ਬੈਠੇ ਆ, ਜਿਹੜੇ ਇੱਥੇ ਸੇਵਾ ਨਿਭਾ ਰਹੇ ਹੁਣ, ਖੋਜ ਕੀਤੀ ਜਿਨ੍ਹਾਂ ਨੇ। ਇਹ ਉਹ ਪਾਵਨ ਅਸਥਾਨ 'ਤੇ ਇੱਥੇ ਜਦੋਂ 1999 ਦੇ ਵਿੱਚ 300 ਸਾਲਾ ਖਾਲਸਾ ਸਾਜਨਾ ਦਿਵਸ ਮਨਾਇਆ, ਸਾਰੀ ਕੌਮ ਦੀ ਮੰਗ ਸੀ ਵੀ ਜਿੱਥੋਂ ਜਿੱਥੋਂ ਦੇ ਪੰਜ ਪਿਆਰੇ ਸਾਹਿਬਾਨ ਆ ਉੱਥੋਂ ਉੱਥੋਂ ਨਗਰ ਕੀਰਤਨ ਆਰੰਭੇ ਜਾਣ। ਬਾਕੀ ਸਾਰੇ ਅਸਥਾਨਾਂ ਦਾ ਪਤਾ ਸੀ, ਪਰ ਗੁਜਰਾਤ ਵਾਸੀਆਂ ਨੂੰ ਇਹ ਜ਼ਰੂਰ ਪਤਾ ਸੀ ਵੀ ਕਾਠੀਆਵਾੜ ਇਲਾਕੇ ਦੇ ਦੁਆਰਕਾ ਦੇ ਰਹਿਣ ਵਾਲੇ ਭਾਈ ਮੋਹਕਮ ਸਿੰਘ, ਪਰ ਇਹ ਨਹੀਂ ਸੀ ਪਤਾ ਲੱਗਦਾ ਵੀ ਉਹ ਥਾਂ ਕਿੱਥੇ ਆ। ਫਿਰ ਬਹੁਤ ਖੋਜ ਕਰਨ ਤੋਂ ਬਾਅਦ ਜਿਹੜਾ ਬੜੌਦੇ ਦਾ ਰਾਜਾ ਆ ਉਹਦੇ ਅਧੀਨ ਇਹ ਇਲਾਕਾ ਆਉਂਦਾ ਸੀ ਤਕਰੀਬਨ 200 ਸਾਲ ਪਹਿਲਾਂ। ਉਹਦੇ ਰਿਕਾਰਡ ਦੇ ਵਿੱਚ ਇਹ ਅਸਥਾਨ ਦੀ ਜਿਹੜੀ ਜ਼ਮੀਨ ਆ ਬਿਲਕੁਲ ਖਾਲੀ ਪਈ ਸੀ। ਛੋਟਾ ਜਿਹਾ ਮਕਾਨ ਆ ਜਿਹੜਾ ਭਾਈ ਮੋਹਕਮ ਸਿੰਘ ਜੀ ਦਾ ਨਿੱਜ ਅਸਥਾਨ ਆ। ਫਿਰ ਉਹਦੀ ਖੋਜ ਕਰਨ ਤੋਂ ਬਾਅਦ 200 ਸਾਲ ਪੁਰਾਣੇ ਕਾਗਜ਼ਾਂ ਦੇ ਵਿੱਚੋਂ ਇਹ ਜਿਹੜਾ ਅਸਥਾਨ ਆ ਭਾਈ ਮੋਹਕਮ ਸਿੰਘ ਜੀ ਹੋਰਾਂ ਦਾ, ਉਹਨਾਂ ਨੇ ਆਪਣਾ ਘਰ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਲਵਾਇਆ। ਜਿੱਦਾਂ ਇਹਦਾ ਨਾਂ ਜਿਹੜਾ ਪੁਰਾਣੇ ਕਾਗਜ਼ਾਂ ਦੇ ਵਿੱਚ ਆ ਉਹ ਇਹੀ ਆ ਵੀ ਨਾਨਕ ਸ਼ਾਹ ਕਾ ਮਕਾਨ। ਇੱਥੋਂ ਦੀਆਂ ਜਿਹੜੀਆਂ ਕਿਤਾਬਾਂ ਇਹਨਾਂ ਨੇ ਛਾਪੀਆਂ ਉਹਦੇ ਵਿੱਚ ਜਿਹੜਾ ਸ਼ਿਸ਼ਰਾ ਆਪਾਂ ਬੋਲਦੇ ਹਾਂ, ਜਿਹ 'ਚੋਂ ਜ਼ਮੀਨੀ ਚੀਜ਼ਾਂ ਲੱਭੀਆਂ ਜਾਂਦੀਆਂ ਆ, ਜ਼ਮੀਨ ਨਾਲ ਜੁੜਿਆ ਹੁੰਦਾ ਸ਼ਜਰਾ, ਜਿਹੜਾ ਇੱਥੋਂ ਦਾ ਸ਼ਜਰਾ ਉਹਦੇ ਵਿੱਚ ਨਾਨਕ ਸ਼ਾਹ ਕਾ ਮਕਾਨ, ਇਹ ਜਿਹੜੀ ਜ਼ਮੀਨ ਆ ਤਕਰੀਬਨ 2.5 ਏਕੜ, ਇਹ ਜ਼ਮੀਨ ਉਸ ਨਾਂ 'ਤੇ ਬੋਲਦੀ ਆ। ਫਿਰ ਉਸ ਵੇਲੇ ਸ਼ਜਰੇ ਦੇ ਰਾਹੀਂ ਇਹ ਥਾਂ ਲੱਭਿਆ ਗਿਆ, ਇੱਥੇ ਫਿਰ ਅਸਥਾਨ ਜਿਹੜਾ ਇਹ ਸ਼ੁਰੂ ਹੋਇਆ ਆ। ਅਤੇ ਇਹ ਸਮੁੰਦਰ ਦੇ ਬਿਲਕੁਲ ਵਿਚਾਲੇ ਇੱਕ ਟਾਪੂ ਆ ਤਕਰੀਬਨ, ਆਸੇ ਪਾਸੇ ਸਾਰਾ 14 ਕਿਲੋਮੀਟਰ ਦਾ। ਬਹੁਤੀ ਵਸੋਂ ਇੱਥੇ ਮੁਸਲਮਾਨਾਂ ਦੀ ਆ। ਅਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਫਿਰ ਇਹ ਉਸ ਪਾਵਨ ਅਸਥਾਨ 'ਤੇ ਬਣਿਆ ਹੋਇਆ ਆ। ਅਤੇ ਆਪ ਜੀ ਦਰਸ਼ਨ ਇਸ ਅਸਥਾਨ ਦੇ ਕਰੋ। ਆਸੇ ਪਾਸੇ ਸਾਰੇ ਪਾਸੇ ਇਹਦੇ ਸਮੁੰਦਰ ਹੀ ਸਮੁੰਦਰ ਆ। 100 ਕਿਲੋਮੀਟਰ ਤੋਂ ਇਸ ਅਸਥਾਨ 'ਤੇ ਪਾਣੀ ਆਉਂਦਾ ਆ ਜਿਹੜਾ ਪੀਣ ਯੋਗ ਆ, ਉਹਦਾ ਥੱਲੇ ਦੇ ਪਾਣੀ ਪੀਣ ਯੋਗ ਨਹੀਂ ਆ। ਇਹ ਸਾਰਾ ਇਹਦਾ ਆਸਾ ਪਾਸਾ ਆ। ਬੱਸੋਂ ਇੱਥੇ ਹੁਣ ਬਹੁਤ ਸੋਹਣੀਆਂ ਬਿਲਡਿੰਗਾਂ, ਰਹਿਣ ਵਾਸਤੇ ਬਹੁਤ ਕੁਝ ਬਣਾਇਆ ਹੋਇਆ ਆ। ਸਾਲਾਨਾ ਜਿਹੜਾ ਜੋੜ ਮੇਲਾ ਆ ਉਹ ਇੱਥੇ ਲੱਗਦਾ ਆ ਜੀ ਮਾਰਚ ਮਹੀਨੇ ਦੇ ਵਿੱਚ। ਇਹ ਅਸਥਾਨ ਦੀ ਹਿਸਟਰੀ ਨੂੰ ਫਿਰ ਆਪ ਜੀ ਦੁਆਰਾ ਜ਼ਰੂਰ ਇੱਕ ਵਾਰੀ ਸੁਣਿਓ, ਹੋ ਸਕਿਆ ਤਾਂ ਸ਼ੇਅਰ ਵੀ ਕਰਿਓ ਵੀ ਭਾਈ ਮੋਹਕਮ ਸਿੰਘ ਜੀ ਦਾ ਪਾਵਨ ਨਿੱਜ ਅਸਥਾਨ ਆ। ਦੁਆਰ ਇੱਕ ਦੁਆਰਕਾ ਵੱਖਰਾ ਆ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਦਾ ਰਾਜ ਸੀ। ਇਹ ਦੁਆਰਕਾ ਬੇਟ ਆ, ਇਹਨੂੰ ਹਿੰਦੀ ਵਿੱਚ ਵੈਸੇ ਭੇਂਟ ਕਹਿੰਦੇ ਆ। ਅਤੇ ਇਹ ਦੁਆਰਕਾ ਬੇਟ ਜਿਹੜਾ ਭਾਈ ਮੋਹਕਮ ਸਿੰਘ ਜੀ ਦਾ ਜਨਮ ਅਸਥਾਨ ਆ। ਆ ਜਿਹੜਾ ਇਹਦੇ ਵਿੱਚ ਅੰਦਰ ਇਹਨਾਂ ਨੇ ਘਰ ਜਿਹੜਾ ਆ ਮਹਾਰਾਜ ਭਾਈ ਮੋਹਕਮ ਸਿੰਘ ਜੀ ਦਾ, ਉਹ ਨਿੱਜੀ ਘਰ ਉੱਦਾਂ ਹੀ ਸਾਂਭ ਕੇ ਰੱਖਿਆ ਹੋਇਆ ਆ। ਉਹਦੀਆਂ ਬਹੁਤ ਚੌੜੀਆਂ ਕੰਧਾਂ ਆ। ਅਤੇ ਆਪ ਜੀ ਦਰਸ਼ਨ ਕਰੋ ਅਤੇ ਕਰਵਾਓ, ਵਿੱਚ ਫੋਨ ਆ ਰਹੇ ਆ ਤਾਂ ਕਰਕੇ ਵੀਡੀਓ ਕੱਟੀ ਜਾਂਦੀ ਹੈ। ਸੋ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ।